26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਵਾਂ, ਦੋਹਾ ਕਤਰ ਤੋਂ ਆਇਆ ਵਾਂ ਘਰ। ਠੀਕ ਹੈ ਜੀ, ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆਇਆ ਵੀ ਚਲੋ ਵੀ ਘਰ ਬਿਨਾਂ ਦੱਸੇ ਜਾਂਦਾ ਵਾਂ ਵੀ ਠੀਕ ਹੈ। ਅਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ 'ਤੇ ਲੱਗੇ ਹੈਗੇ ਮੁੰਡੇ ਨਾਲ ਬਾਹਰ, ਅਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਂ ਚਪੇੜਾਂ ਮਾਰੀਆਂ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਵੀ ਚਲੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਹਾਂ, ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ। ਅਤੇ ਉਹ ਕਹਿੰਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ। ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚੱਲ ਠੀਕ ਹੈ ਨਹੀਂ ਜਾਂਦੇ, ਉਹ ਲੰਘਣਾ ਇੱਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਂ ਜਿਹੀਆਂ ਕਰਨੀਆਂ, ਥਰੈਟ ਕਰਦੀ। ਹਾਂਜੀ, ਹਾਂਜੀ ਹਾਂਜੀ ਹਾਂਜੀ, ਅਤੇ ਉਹਨੂੰ ਉਹਦੇ ਵੱਲ ਵੇਖ, ਹੁਣ ਜਦੋਂ ਇੱਥੇ ਅਸੀਂ ਖਲੋਤੇ ਹਾਂ ਤਾਂ ਸਾਡੇ ਵੱਲ ਵੇਖ ਕੇ ਕੋਈ ਕਰੂੰਗਾ ਤਾਂ ਸਾਨੂੰ ਤਾਂ ਆਉਣਾ ਹੀ ਹੈ ਵੀ ਸਾਡੇ ਮਤਲਬ ਹੁਣ ਨੂੰਹ ਧੀ ਘਰੋਂ ਗਈ ਆ, ਅਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਕੱਲ੍ਹ ਸੁਸਾਈਡ ਕਰ ਲਿਆ। ਹਾਂਜੀ ਸਰ, ਇੱਕ ਮੈਨੂੰ ਥਰੈਟ ਆਇਆ ਸੀ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਹਦੇ ਨਾਲ ਗੱਲ ਕਰਦੀ, ਅਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤਾਂ ਇਹਨੂੰ ਤਲਾਕ ਦੇ ਦੇ, ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਂਗਾ। ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਅਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਨਹੀਂ, ਵਟਸਐਪ ਮੈਸੇਜ ਆਏ ਟਾਪਿੰਗ, ਹਾਂਜੀ ਮੇਰਾ ਨਾਂ ਲਿਖ ਕੇ ਕੀਤੇ ਆ ਜੀ ਉਹਨੇ। ਹਾਂਜੀ, ਉਹ ਨੰਬਰ ਤਾਂ ਹੋਊਗਾ, ਨੰਬਰ ਬਾਹਰ ਦਾ ਜੀ, ਬਾਹਰ ਦਾ। ਹਾਂਜੀ ਹਾਂਜੀ, ਅਸੀਂ ਸਰ ਚਾਹੁੰਦੇ ਹਾਂ ਵੀ ਜਿਹਨੇ ਮੈਨੂੰ ਥਰੈਟ ਦਿੱਤੀ ਆ ਪੁਲਿਸ ਉਹਨੂੰ ਲੱਭ ਕੇ ਅਤੇ ਉੱਤੇ ਵੀ ਕਾਰਵਾਈ ਕਰੇ। ਹੁਣ ਜੇ ਕੱਲ੍ਹ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤਾਂ ਮੇਰਾ ਤਾਂ ਛੋਟਾ ਜਿਹਾ ਜਵਾਕ ਹੈ ਜੀ, ਉਹਦਾ ਜ਼ਿੰਮੇਵਾਰ ਮੇਰੀ ਮੌਤ ਦਾ ਕੌਣ ਹੋਊਗਾ? ਪ੍ਰਸ਼ਾਸਨ ਹੋਊਗਾ ਜੀ। ਹਾਂਜੀ ਗੁਰਮੀਤ ਸਿੰਘ ਜੀ, ਜਿਨ੍ਹਾਂ ਨੇ ਸੁਸਾਈਡ ਕੀਤੀ ਕੀ ਲੱਗਦੇ ਸੀ ਤੁਹਾਡੇ? ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ, ਮਤਲਬ ਪਿਓ ਬਣੇ ਸੀ ਮੇਰੇ। ਹਾਂਜੀ, ਵੈਸੇ ਰਿਸ਼ਤਾ ਕੀ ਸੀ? ਰਿਸ਼ਤਾ ਮੇਰੇ ਚਾਚਾ ਜੀ ਆ। ਤੇ ਉਹਨਾਂ ਨੇ ਕੱਲ ਆਪਣਾ ਸੁਸਾਈਡ ਕਰ ਲਈ, ਕੀ ਸੀ ਮਾਮਲਾ, ਕਿਉਂ ਮਜਬੂਰ ਹੋ ਗਏ ਸੁਸਾਈਡ ਕਰਨ? ਸੁਸਾਈਡ ਡਿਟੇਲ ਚ ਦੱਸੋ ਕੀ ਕਾਰਨ। ਹਾਂਜੀ ਸਰ, ਸੁਸਾਈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਵਾਂ, ਦੋਹਾ ਕਤਰ ਤੋਂ ਆਇਆ ਵਾਂ ਘਰ। ਠੀਕ ਹੈ ਜੀ, ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆਇਆ ਵੀ ਚਲੋ ਵੀ ਘਰ ਬਿਨਾਂ ਦੱਸੇ ਜਾਂਦਾ ਵਾਂ ਵੀ ਠੀਕ ਹੈ। ਅਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ 'ਤੇ ਲੱਗੇ ਹੈਗੇ ਮੁੰਡੇ ਨਾਲ ਬਾਹਰ, ਅਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਂ ਚਪੇੜਾਂ ਮਾਰੀਆਂ ਨੇ। ਠੀਕ ਹੈ ਜੀ, ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਵੀ ਚਲੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਹਾਂ, ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ ਹਾਂ। ਅਤੇ ਉਹ ਕਹਿੰਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ। ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚੱਲ ਠੀਕ ਹੈ ਨਹੀਂ ਜਾਂਦੇ, ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ। ਹਾਂਜੀ ਹਾਂਜੀ, ਅਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ। ਹਾਂਜੀ ਬੇਟੇ, ਬੇਟਾ 5.5 ਸਾਲ ਦਾ ਜੀ। ਹਾਂਜੀ, ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਅਤੇ ਮਗਰੋਂ ਹੀ ਮੈਂ ਅਜੇ ਇੱਥੇ ਗਿਆ ਹੋਣਾ ਅਤੇ ਮਗਰੋਂ ਹੀ ਚਲ ਗਿਆ। ਅਤੇ ਇਹਦੇ ਵਿੱਚ ਅਸੀਂ 26 ਤਰੀਕ ਦੀ FIR ਕਰਾਈ ਆ ਥਾਣੇ। ਠੀਕ ਹੈ, ਉਹਨਾਂ ਦੇ ਨਾਲ ਇੱਕ ਬੰਦਾ ਇੱਧਰੋਂ ਹਵੇਲੀਆਂ 'ਚੋਂ ਬਹੁਤ ਬਾਰ ਆ, MC ਸਾਡੇ ਇੱਧਰ ਰਾਮ ਸਿੰਘ ਹੈ ਜੀ, ਉਹ ਜਾਂਦਾ ਰਿਹਾ ਵਾ, ਜਿਹਦੇ ਕਰਕੇ ਕਾਰਵਾਈ ਨਹੀਂ ਹੋਈ। ਤੁਸੀਂ ਦਰਖਾਸਤ ਦਿੱਤੀ? ਦਰਖਾਸਤ ਦਿੱਤੀ 26 ਤਰੀਕ ਦੀ। ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ, ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਜਾਣਾ। ਮੈਂ ਬਹੁਤ ਫੋਨ ਟਰਾਈ ਕੀਤੇ ਜੀ, ਕੋਈ ਫੋਨ ਮੈਸੇਜ ਨਹੀਂ ਆਇਆ, ਪਰ ਆ ਜਿਹੜੇ ਗੁਆਂਢੀ ਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ, ਇਹਨਾਂ ਦੀ ਪੂਰੀ ਗੱਲਬਾਤ ਹੁੰਦੀ ਰਹੀ ਜੀ। ਹਾਂਜੀ, ਇਹਨਾਂ ਨੂੰ ਸਰ ਅਸਲ ਵਿੱਚ ਨਾ ਦੁਖੀ ਕਰਦੀਆਂ ਦੋਵੇਂ, ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨਿਆ, ਮਤਲਬ ਲੰਘਦੇ ਆਉਂਦੇ ਆ ਜੋ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲੈਂਦੇ ਪਾਸੇ। ਹਾਂਜੀ, ਸਾਡਾ ਸੈਂਟਰ 'ਚ ਹੈ।
ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ? ਇਹ ਮਤਲਬ ਜਿੱਦਾਂ ਆਂਢ ਗੁਆਂਢ 'ਚ ਸਹੇਲੀਆਂ ਬਣੀਆਂ ਸੀ ਅਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ, ਇਹਨਾਂ ਦੋਵਾਂ ਨੂੰ ਸਾਰਾ ਪਤਾ ਸੀ ਪਲੈਨਿੰਗ ਇਹਨਾਂ ਸਾਰੀਆਂ ਦੀ ਇਕੱਠੀ ਆ। ਅਤੇ ਇਹ ਜੇ ਉੱਦਣ ਦੀ ਅਸੀਂ ਠਾਣੇ ਇਹਨਾਂ ਦੇ ਨਾਲ ਖਾ ਕੇ ਆਏ, ਜੇ ਉੱਥੇ ਪੈਰਵਾਈ ਹੁੰਦੀ ਤਾਂ ਸਾਡਾ ਜੀ ਕੱਲ੍ਹ ਭੱਜ ਜਾਣਾ ਸੀ। ਅਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹਨਾਂ ਨੂੰ ਖਜਾ ਖਜਾ ਕੇ ਲੰਘਦੀਆਂ ਜੀ, ਹੁਣ ਇੱਥੋਂ ਲੰਘਣਾ ਇੱਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਂ ਜਿਹੀਆਂ ਕਰਨੀਆਂ ਥਰੈਟ ਕਰਦੀਆਂ ਜੀ। ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਕੱਲ ਸੁਸਾਈਡ ਕਰ ਲਿਆ। ਇਹ ਇੱਧਰ ਸਾਡੀ ਪੈਲੀ ਆ ਜੀ, ਕਬਰਾਂ ਦੇ ਲਾਗੇ, ਹਾਂਜੀ ਉੱਥੇ ਆ ਕੇ ਗੋਲੀ ਗਾਲੀਆਂ ਖਾ ਲਈਆਂ। ਪੁਲਿਸ ਕਾਰਵਾਈ ਅਜੇ ਤੇ ਜੀ ਕੱਲ ਪਰਚਾ ਲਿਖਿਆ ਵਾ ਸਾਡੇ ਕੋਲ ਆ, ਪਰ ਭਰਾ ਤੇ ਖੁਦ ਬਾਹਰ ਆ। ਭਰਾ ਦੋਹਾ ਕਦਰ ਚ, ਮੇਰੇ ਹਰਸ਼ੇ ਸਿੰਘ ਨੇ, ਹਾਂਜੀ। ਮੇਰੇ ਭਰਾ ਸੀ ਵੱਡੇ, ਇਹ ਜੀ ਮੇਰੇ ਧੀਓ ਨੂੰ ਮਤਲਬ ਕਿ ਮੁੰਡੇ ਰਿਲੇਸ਼ਨ ਵਿੱਚ ਸੀ, ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੁਸਾਈਡ ਕਰ ਲਿਆ ਜੀ। ਹਾਂਜੀ ਹਾਂਜੀ, ਮਤਲਬ ਉਹਨੂੰ ਦੇਖ ਬਾਰੇ ਨਹੀਂ ਪਤਾ, ਉਹਨੇ ਪਤਾ ਲੱਗਣ ਜਦ ਚਲੀ ਗਈ। ਪਰੇਸ਼ਾਨ ਜਿਹਦੇ ਵਿੱਚ ਉਹ ਟੈਨਸ਼ਨ ਲੈ ਗਿਆ ਜ਼ਿਆਦਾ ਏਦਾਂ ਕਰਕੇ। ਦੇਖੋ ਜੀ, ਅੱਜ ਸਾਨੂੰ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ ਸਨ ਆਫ ਦਰਸ਼ਨ ਸਿੰਘ, ਜੋ ਕਿ ਵਾਰਡ ਨੰਬਰ 1 ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ, ਇਹਨੇ ਕੱਲ੍ਹ ਕੋਈ ਜ਼ਹਿਰੀਲੀ ਚੀਜ਼ ਜਿਹੜੀ ਖਾ ਲਈ ਸੀ, ਜਿਸ ਕਰਕੇ ਇਲਾਜ ਲਈ ਨਿਊ ਲਾਈਫ ਹੋਸਪਿਟਲ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਇਲਾਜਧੀਨ ਸੀ, ਜਿਸ ਦੀ ਦੌਰਾਨ ਇਲਾਜ ਮੌਤ ਹੋ ਗਈ ਸੀ। ਇਸ ਸੰਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਸਨ ਆਫ ਇੰਦਰਜੀਤ ਸਿੰਘ, ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ, ਉਹਦਾ ਬਿਆਨ ਕਲਮਬੰਦ ਕੀਤਾ ਗਿਆ, ਜਿਹਨੇ ਆਪਣੇ ਬਿਆਨਾਂ ਵਿੱਚ ਦੱਸਿਆ ਆ ਕਿ ਉਸ ਦੀ ਵਾਈਫ ਕੋਮਲਪ੍ਰੀਤ ਕੌਰ, ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ, ਅਤੇ ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਗਗਨ, ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸ ਦੇ ਚਾਚੇ ਮਨਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ, ਜਿਸ 'ਤੇ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਸਾਡੇ ਵੱਲੋਂ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਜੁਰਮ 108-3-5 BNS ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ। ਗ੍ਰਿਫਤਾਰੀ ਹੋਈ? ਬਿਲਕੁਲ ਜੀ, ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ, ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਹ ਜੀ ਆਪਣਾ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ, ਇਹ ਫਤਿਹਗੜ੍ਹ ਚੂੜੀਆਂ ਦੀਆਂ ਰਹਿਣ ਵਾਲੀਆਂ ਨੇ, ਅਤੇ ਬਿਲਕੁਲ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਓਕੇ।